सत श्री अकाल जी। पंजाबी खबरां दे इस बुलेटिन विच D5 देख रहे साडे सारे दर्शकों का स्वागत है। मैं हाँ शिवजीत कौर, बुलेटिन की शुरुआत करांगे हेडलाइंस दे नाल। बेअदबी मामले ते पिंड पिंड होण लग्या बादल परिवार दा विरोध। फरीदकोट दे पिंड भाणा च होई बादलां नूं पिंड च ना वड़न देण दी अनाउंसमेंट। पिंडां च हो रहे विरोध तों अकाली आगू होए लोहा लाका, विरोध करन वालियां नूं दस्सिया कांग्रेसी गुंडा आंसर। खैरा दी संगरूर फेरी दौरान हुई आम आदमी पार्टी आगुआं नाल तू तू मैं मैं तो नाराज हुए हरपाल चीमा, सुखपाल खैरा दे खिलाफ कार्रवाई लई कीता वड्डा खुलासा। हुण खबरां विस्थार नाल। बेअदबी मामले ते बहस तो बाद बादल परिवार खिलाफ लोकां दा गुस्सा सत्तवें आसमान ते पहुंच चुक्या है, जिस कारण हुण पिंडां विच अकाली आगुआं खिलाफ अनाउंसमेंट होण लगियां ने। ਬਾਦਲ ਪਰਿਵਾਰ ਦੇ ਸੁਖਬੀਰ ਬਾਦਲ ਅਤੇ ਪ੍ਰਕਾਸ਼ ਬਾਦਲ ਮਨਤਾਰ ਪ੍ਰਾਣ ਇਹ ਦੋਸ਼ੀ ਪਾਏ ਗਏ ਆ। विधान सभा विच पेश कीती गई जस्टिस रणजीत सिंह कमिशन दी रिपोर्ट च बादलां दे नां आउण तों बाद सिख संगतां विच काफी रोस पाया जा रहा है, जिस दे चलदिआं बादलां दा पूरे मुल्क विच विरोध होना शुरू हो गया। जिथे बादलां अते डेरा सिरसा मुखी दे पुतले फूके जा रहे ने, उत्थे हुण फरीदकोट तों इक नवां फुरमान जारी होया। दरअसल फरीदकोट जिले दे पिंड भाणा दे गुरद्वारा साहब विच अनाउंसमेंट करके अकाली लीडरां दा पिंड आउण ते बाइकाट करन दा फैसला कीता गया। अनाउंसमेंट विच कहा गया कि पिंड विच अकालियां ते डेरा सिरसा दा बाइकाट है। अकाली दल दे लीडरां दा पिंड विच आउण ते कालियां झंडियां दे नाल विरोध कीता जाएगा। इस बारे गुरद्वारा प्रबंधकां ते पिंड वालियां दा कहना है कि गुरु ग्रंथ साहिब जी दी बेअदबी विच शमूलियत रखण वाले अकाली दल अते डेरा सिरसा दा बाइकाट कीता गया। ਪਿੱਛੇ ਵੇਖਿਆ ਪ੍ਰੈਸ ਤੁਸੀਂ ਚਲਾਉਂਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ 1 ਜੂਨ 2015 ਤੋਂ ਸਰੂਪ ਚੋਰੀ ਹੋ ਗਿਆ, ਚੈਲੇਂਜ ਕਰਕੇ ਡੇਰਾ ਪ੍ਰੇਮੀ ਵੱਲੋਂ ਉੱਥੇ ਜਿਹੜੇ ਅੰਗ ਪਾੜ ਕੇ 4 ਮਹੀਨਿਆਂ ਬਾਅਦ ਸਿੱਟੇ ਜਾਂਦੇ ਆ, ਸ਼ਾਂਤਮਈ ਜਿਹੜਾ ਧਰਨਾ ਲਾਇਆ ਜਾਂਦਾ ਕੋਟਕਪੂਰੇ, ਉੱਥੇ ਗੋਲੀਆਂ ਚਲਾਈਆਂ ਜਾਂਦੀਆਂ, ਨਿਹੱਥੇ ਸਿੰਘਾਂ 'ਤੇ ਗੋਲੀਆਂ ਚਲਾ ਕੇ ਉੱਥੇ ਜ਼ਖਮੀ ਕੀਤੇ ਜਾਂਦੇ, ਉਸ ਤੋਂ ਬਾਅਦ ਬਹਿਬਲ ਕਲਾਂ ਗੋਲੀਕਾਂਡ ਵਾਪਰਦਾ, 2 ਸਿੰਘ ਸ਼ਹੀਦ ਹੋ ਜਾਂਦੇ ਆ, ਜਿਹਦੇ ਵਿੱਚ 3 ਸਾਲ ਅੱਜ ਬੀਤ ਚੁੱਕੇ ਆ। ਅਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੇ ਇਹ ਯਾਰ ਕੀਤਾ ਕਿ ਜਿਹੜੇ ਬਾਦਲ ਪਰਿਵਾਰ ਇਹ ਦੋਸ਼ੀ ਆ, ਇੱਥੋਂ ਲੋਕਲ MLA ਮਨਤਾਰ ਉਹ ਵੀ ਦੋਸ਼ੀ ਆ, ਅਤੇ ਸਰਸੇ ਸਾਧ ਨੇ ਜਿਹੜਾ ਮਿਲੀ ਭੁਗਤਨਾ ਜਿਹੜੀਆਂ ਬੇਅਦਬੀਆਂ ਕਰਵਾਈਆਂ ਸੀਗੀਆਂ। ਅਤੇ ਅਸੀਂ ਇਹ ਪਿੰਡ ਦੇ ਵੱਲੋਂ ਪ੍ਰਪਾ ਤੌਰ 'ਤੇ ਜਾਣਦੇ ਹੋਏ ਕਿ ਕੋਈ ਸਾਡੇ ਲਈ ਪੰਜਾਬ ਵਾਸੀਆਂ ਲਈ, ਸਿੱਖ ਕੌਮ ਦੇ ਲਈ, ਪੰਜਾਬੀਆਂ ਲਈ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਹੋਰ ਕੁਝ ਨਹੀਂ ਆ। ਅਤੇ ਅਸੀਂ ਇਸ ਕਰਕੇ ਇਹਨਾਂ ਦਾ ਪਿੰਡ ਪੱਧਰ 'ਤੇ ਕੀ ਇਲਾਕੇ ਦੇ ਪੱਧਰ 'ਤੇ ਇਹਨਾਂ ਦਾ ਵਿਰੋਧ ਕਰਦੇ ਹਾਂ, ਚਾਹੇ ਉਹ ਡੇਰਾ ਪ੍ਰੇਮੀ ਹੋਣ, ਚਾਹੇ ਸੱਤ ਸਾਧ ਹੋਵੇ, ਚਾਹੇ ਅਕਾਲੀ ਦਲ ਬਾਦਲ ਹੋਵੇ, ਅਸੀਂ ਇਹਨਾਂ ਦੇ ਪਿੰਡ ਆਉਣ 'ਤੇ ਵਿਰੋਧ ਕਰਦੇ ਹਾਂ ਅਤੇ ਬਾਈਕਾਟ ਕਰਾਂਗੇ। ਅਤੇ ਜਿਹੜੇ ਡੇਰਾ ਪ੍ਰੇਮੀ ਪਿੰਡ ਦੇ ਵਿੱਚ, ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਆਪਣੇ ਘਰ ਵਾਪਸ ਆ ਜਾਓ, ਸਰਸੇ ਸਾਧ ਦਾ ਨਜ਼ਾਤ ਸੱਦੋ, ਜੇ ਤੁਸੀਂ ਗੁਰੂ ਪੰਥ ਦੇ ਕਲਾ ਵਿੱਚ ਆਓਗੇ ਪੰਥ ਤੁਹਾਨੂੰ ਕਲਾ ਵਿੱਚ ਲਊਗਾ, ਕਦੇ ਵੀ ਇਹ ਨਹੀਂ ਹੋਊਗਾ ਕਿ ਤੁਹਾਨੂੰ ਉੱਪਰ ਸਮਝਿਆ ਜਾਊਗਾ। ਸੋ ਇਹ ਕਾਰਨ ਆ ਜੀ ਪਿੰਡ ਦੇ ਵਿੱਚ ਅਨਾਊਂਸਮੈਂਟ ਕਰਨ ਦਾ। ਇਹਦੇ ਵਿੱਚ ਹੈਗਾ ਜੀ, ਜੋ ਵੀ ਗਲਤੀ ਕਰਦਾ ਬੰਦਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ। ਜੇ ਹੁਣ ਅਕਾਲੀਆਂ 'ਤੇ ਵੀ ਕੋਈ ਦੋਸ਼ ਲੱਗਾ, ਗੁਨਾਹਦਾਰ ਹੈਗੇ ਆ ਤਾਂ ਲੱਗਾ। ਆਪਣੇ ਚੌਂਕ ਵਿੱਚ ਜਿਹੜਾ ਇੱਥੇ ਬਗਰਾੜੀ ਵਾਲੇ ਕੋਟਕਪੂਰੇ ਵਿਖੇ ਚੌਂਕ 'ਚ ਜੋ ਧਰਨਾ ਲੱਗਾ ਸੀ, ਉਹ 'ਚ ਇਹਨਾਂ ਨੇ ਲਾਠੀਚਾਰਜ ਕੀਤਾ, ਉਹਦੇ ਕਰਕੇ ਸੰਗਤ ਇਹਨਾਂ 'ਤੇ ਵਿਰੋਧੀ ਆ। ਜੇ ਕੱਲ੍ਹ ਨੂੰ ਸਾਡੇ ਪਿੰਡ ਵਿੱਚ ਆਉਂਦੇ ਆ ਅਤੇ ਗੁਰਸਿੱਖ ਬੱਚੇ ਆਉਂਦੇ ਆ ਵੀ ਕਾਲੀਆਂ ਝੰਡੀਆਂ ਲਓ ਅਤੇ ਇਹਨਾਂ ਦਾ ਵਿਰੋਧ ਪੂਰਾ ਕਰੋ। ਇਹ ਤੁਹਾਨੂੰ ਲੱਗਦਾ ਕਿ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਹੈ ਉਸ ਤੋਂ ਬਾਅਦ ਅਕਾਲੀ ਦਲ ਨੂੰ ਕੀਤਾ ਗਿਆ ਅਤੇ ਨਾਲ ਹੀ ਡੇਰਾ ਪ੍ਰੇਮੀ ਦਾ ਹੱਥਾ ਪਾਇਆ ਗਿਆ, ਇਹ ਤੁਹਾਨੂੰ ਲੱਗਦਾ ਕਿ ਇਸੇ ਕਾਰਨ ਕਰਕੇ ਆਪਣਾ ਜਿਹੜਾ ਪਿੰਡ ਇਸ ਚੀਜ਼ ਦਾ ਵਿਰੋਧ ਕਰ ਰਿਹਾ? ਹਾਂਜੀ, ਇਸੇ ਕਰਕੇ ਕਰ ਰਿਹਾ ਕਿਉਂਕਿ ਅਕਾਲੀ ਦਲ ਇਹਦਾ ਪ੍ਰੇਮੀ ਡੇਰੇ ਵਾਲੇ ਦਾ ਸਾਥ ਦੇ ਰਹੇ ਆ, ਉਹਨਾਂ ਨੂੰ ਗਲਤ ਕੰਮਾਂ 'ਚ ਜ਼ਿਆਦਾ ਸਗੋਂ ਲਾਇਆ, ਲੋਕਾਂ ਦਾ ਨੁਕਸਾਨ ਹੋਇਆ। ਇਸੇ ਕਰਕੇ ਅਸੀਂ ਆਉਂਦੇ ਹਾਂ ਵੀ ਇਹ ਪਾਰਟੀਆਂ ਨਹੀਂ ਆਉਣੀਆਂ ਚਾਹੀਦੀਆਂ। ਪੰਥਕ ਪਾਰਟੀ ਦਾ ਇਸ ਤਰ੍ਹਾਂ ਪਿੰਡਾਂ ਵਿੱਚ ਸ਼ਰੇਆਮ ਬਾਈਕਾਟ ਹੋਣ ਦੇ ਨਾਲ ਅਕਾਲੀ ਦਲ ਦਾ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੀ ਹਸ਼ਰ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਫਰੀਦਕੋਟ ਤੋਂ ਗੌਰਵ ਮੋਂਗਾ, D5 ਚੈਨਲ ਪੰਜਾਬੀ। ਪਿੰਡ ਪਿੰਡ ਵਿੱਚ ਅਕਾਲੀ ਲੀਡਰਾਂ ਦੇ ਹੋ ਰਹੇ ਵਿਰੋਧ ਅਤੇ ਉਹਨਾਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦੇ ਐਲਾਨ ਤੋਂ ਬਾਅਦ ਪਾਰਟੀ ਪੂਰੀ ਤਰ੍ਹਾਂ ਘਬਰਾਈ ਜਾਪ ਰਹੀ ਹੈ, ਜਿਸ ਤੋਂ ਬਾਅਦ ਅਕਾਲੀ ਦਲ ਨੇ ਅਕਾਲੀ ਲੀਡਰਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਕਾਂਗਰਸ ਦੇ ਗੁੰਡੇ ਕਰਾਰ ਦਿੱਤਾ ਹੈ। ਫਟਾਫਟ
मानसून इजलास दौरान बेअदबी जांच रिपोर्ट की हुई बहस नूं लेके लोकां च बादल परिवार खिलाफ मुड़ तो रोह पैदा हो गया, जिस नाल कि समुची श्रोमणी अकाली दल विच हड़कंप मच गया। पिंडा च अकाली लीडरां दे विरोध दे ऐलान मगरों अकाली दल भी हरकत च आ गया। अकाली दल ने चंडीगढ़ च कोर कमेटी की हंगामी मीटिंग बुलाई, जिस विच अकाली दल ने उन्हां दे लीडरां दा विरोध करने वालियां नूं गुंडा अंसर करार देंदियां इस नूं कांग्रेस की साजिश करार दिता। इस मौके अकाली दल वालों 1 सितंबर नूं पूरे पंजाब च जिला पद्धर ते अपने वर्करां नूं राहुल गांधी, कैप्टन अमरिंदर सिंह ते सुनील जाखड़ दा पुतला फूकण दी हदायत भी कीती। और एक होर साजिश जिहड़ी पंजाब दे विच कांग्रेस पार्टी वालों रची जा रही है, जिहदे विच श्रोमणी अकाली दल दे लीडरशिप नूं बदनाम करन वास्ते एक बहुत, मैं कह सकदा कि क्रिमिनल एक्टिविटी, एक मुख्यमंत्री साहब की सरप्रस्ती दे विच और कांग्रेस के प्रधान सुनील जाखड़ की सरप्रस्ती दे विच शुरू की गई है, जिहदे तहत जो सानू पता लग्या कि हदायतां दित्तियां गईयां कि इस रिपोर्ट दे विच सिख लीडरशिप नूं बदनाम करन वास्ते, अकाली दल की लीडरशिप नूं बदनाम करन वास्ते हदायतां सरकार वल्लों कांग्रेस पार्टी वल्लों गईयां कि जिते भी किते सीनियर अकाली लीडर आवे उहदे उत्ते कुछ गुंडियां कोलों प्रोटेस्ट करवा के उहदी सोशल मीडिया दे विच मूवी पा के इस तरह का प्रभाव दिता जाए इलैक्शनां दे अनाउंस होण करके कि लोगों का इस वेले रोह जिहड़ा अकाली लीडरशिप के खिलाफ है। ये सरकार भी इहदी सरपस्ती कर रही है, पुलिस नूं भी हदायतां इहदियां जा रही हैं और कांग्रेस के प्रधान ने भी अपने सीनियर उहदे कांग्रेस के लीडर नूं नाल लै के इंडर धमकियां जिहड़ियां उह अकाली लीडर नूं दित्तियां। ये सारी चीज़ां जिहड़ी क्रिमिनल कॉन्सपिरेसी अकाली लीडरशिप के उत्ते इस तरह बदनाम करने वास्ते उन्होंने खिलाफ़ प्रोटेस्ट करके उन्होंने हमले कराने की जी कुछ साजिश कही जा रही है, इस चुनौती में भी अज श्रोमणी अकाली दल ने स्वीकार किया कि श्रोमणी अकाली दल जी पार्टी है इन्हों गिदड़ धमकियों तो डरन वाली पार्टी नहीं है, इस करके असी इस तरह कांग्रेस की इस कॉन्सपिरेसी के खिलाफ परसों 1 तरीक न 11 to 12 तक सारे जिला हैडक्वार्टर के खिलाफ राहुल गांधी दे मुख्यमंत्री दे सुनील जाखड़ दे इन्हां दे पुतले साड़न दा जिहड़ा प्रोग्राम है वह जिला पद्धरी दित्ता। इस दे नाल ही अकाली दल ने कांग्रेस प्रधान सुनील जाखड़ दे हल्के अबोहर विच 9 सितंबर नूं इक वड्डी रैली करन दा ऐलान भी कीता। और एक कांग्रेस पार्टी की चुनौती जिहड़ी कहिंदे अकालियां नूं पिंडां च नहीं वड़न देना, जाखड़ साहब का जिहड़ा हंकार है वह तोड़न वास्ते जाखड़ साहब के अपने हल्के दे विच अबोहर दे विच असी 9 तरीक नूं जिहड़ी साजिश सुनील जाखड़ जी वल्लों सिख संस्थावां दे खिलाफ श्री अकाल तख्त साहिब दे खिलाफ जिहड़ी आ रची जा रही है उहदा पोल खोलण वास्ते अबोहर दे विच 9 तरीक नूं जिहड़ी आ श्रोमणी अकाली दल की वड्डी रैली असी प्लैन कीती है। और जाखड़ साहब नूं चुनौती है कि तुसीं सानूं कहिंदे हो पिंडां च नहीं वड़ना, तुहाडे हल्के च ही असी रैली करांगे। ये जाखड़ साहब की जिहड़ी साजिश है जिहड़ियां सिख धर्म नूं बदनाम करन दीआं श्री अकाल तख्त साहब के उत्ते जिहड़ा चिक्कड़ उन्हां वल्लों सुट्टिया जा रहा उहदा पोल खोलण वास्ते और जिहड़ी उन्हां वल्लों चैलेंज दित्ता जा रहा कि अकालियां नूं हुण लोकां ने पिंडां नहीं वड़न देना, साडी पार्टी बड़ी पुरानी पार्टी है, बड़ी जद्दोजहद दे विच्चों निकली पार्टी है। दलजीत चीमा मुताबक कांग्रेस ने बेअदबी मामले की जांच CBI तो वापस लैण दा फैसला इसलिए कीता है क्योंकि कांग्रेस के मंत्री खुद इस जांच विच फसते जा रहे ने। देखो गल है कि सारी रिपोर्ट दे विच होर तां कुछ नहीं सी, 2-3 घटनावां दा इन्हां ने कहा सी कि इह रणजीत सिंह कमीशन ने रिकमेंड किया CBI नूं दे दिओ ते जदों पेश होई ते अखीर ते उल्टा कर लिया रिपोर्ट दे कि जिहड़ी CBI नूं दित्तियां सी उह वापस लै लो क्योंकि जिहड़े जालसाजी सामने आ गई, जिहड़े टावरां दीआं लोकेशनां सामने आ गईआं, जिहड़े गवाह मुकर के उन्होंने खुल के कहता कि SS मंत्री ने साडे बयान कराए सी, इन्हां नूं डर लगन लग पिया कि कहिंदे CBI हुण साडियां लत्तां नूं रस्सा ना पड़वे, इस करके उदन जोर पै गया कि हुण जालसाजी नंगी ना होवे, इहनूं आप अपने कोल लै लो।
ਜਾਂਚ ਕਮੇਟੀ ਜਿਹੜੀ ਗਠਿਤ ਕਰ ਰਹੇ ਹੋ ਸਹਿਯੋਗ ਦੇਗਾ ਅਕਾਲੀ ਦਲ? ਕਿਹੜੀ ਜਾਂਚ ਕਮੇਟੀ ਦੀ? ਕਿਹੜੀ ਜਿਹੜੀ ਵੀ ਇਹਦੀ ਬਣਾ ਕੇ ਉਹਨਾਂ ਸਿੱਟ ਜਿਹੜੀ ਬਣਾ ਰਹੀ ਹੈ ਕਰੇ ਕਿ ਕਾਰਵਾਈ ਉਹੀ ਕਰੇਗੀ, ਉਹੀ ਕਿਸ ਤਰ੍ਹਾਂ ਕਰੇਗੀ? ਸਿੱਟ ਆਲਰੇਡੀ ਬਣੀ ਹੋਈ ਹੈ ਔਰ ਸਾਡੇ ਟਾਈਮ ਦੀ ਬਣੀ ਹੋਈ ਹੈ, ਉਸੇ ਸਿੱਟ ਨੇ ਕੰਮ ਕੀਤਾ, ਉਸੇ ਸਿੱਟ ਦੀ ਹੋਈ ਇਸ ਰਿਪੋਰਟ ਦੇ ਵਿੱਚ ਵੀ ਜਸਟਿਸ ਰਣਜੀਤ ਸਿੰਘ ਦੇ ਵਿੱਚ ਵੀ ਥਾਂ ਥਾਂ ਦੀ ਤਾਰੀਫ ਕੀਤੀ ਹੋਈ। ਇਸ ਕਰਕੇ ਇਹ ਤਾਂ ਹੁਣ ਅਸੀਂ ਕੀ ਸਹਿਯੋਗ ਕਰਨਾ, ਇਹ ਤਾਂ ਆਪਣਾ ਬਚਾਉਣ ਵਾਸਤੇ ਜਿਹੜੀ ਜਾਲਸਾਜ਼ੀ ਹੈ ਉਹ ਲੱਗੇ ਹੋਏ ਆ ਵੀ ਕਿਤੇ ਸੀ ਬੀ ਆਈ ਨੇ ਦੂਜੇ ਪਾਸੇ ਕੰਮ ਸ਼ੁਰੂ ਕਰਤਾ ਜਾਲਸਾਜ਼ੀ ਵਾਲੇ ਪਾਸੇ ਤੇ ਸਾਰੇ ਇਹਨਾਂ ਦੇ ਮੰਤਰੀ ਨਾ ਅੰਦਰ ਹੋ ਜਾਣ। ਦਰਅਸਲ ਬੇਅਦਬੀ ਮਾਮਲੇ ਬਾਰੇ ਜਸਟਿਸ ਰਣਜੀਤ ਦੀ ਰਿਪੋਰਟ 'ਚ ਸ਼੍ਰੋਮਣੀ ਅਕਾਲੀ ਦਲ ਤੇ ਉਂਗਲ ਉੱਠਣ ਪਿੱਛੋਂ ਥਾਂ ਥਾਂ ਅਕਾਲੀ ਲੀਡਰਾਂ ਦਾ ਵਿਰੋਧ ਹੋ ਰਿਹਾ। ਇੰਨਾ ਹੀ ਨਹੀਂ, ਕਈ ਥਾਈਂ ਲੋਕਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਬਾਦਲ ਅਤੇ ਬਿਕਰਮ ਮਜੀਠੀਆ ਦੇ ਪੁਤਲੇ ਫੂਕੇ ਜਾ ਰਹੇ ਨੇ ਅਤੇ ਅਕਾਲੀ ਲੀਡਰਾਂ ਨੂੰ ਪਿੰਡਾਂ ਵਿੱਚ ਨਾ ਵੜਨ ਦਾ ਐਲਾਨ ਕੀਤਾ ਗਿਆ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਸੰਗਰੂਰ ਵਿੱਚ ਖਹਿਰਾ ਧੜਾ ਤੇ ਕੇਜਰੀਵਾਲ ਹਮਾਇਤੀਆਂ ਵਿੱਚ ਆਲੇ ਹੋਏ ਘਟਨਾਕ੍ਰਮ ਤੋਂ ਬਾਅਦ ਸੁਖਪਾਲ ਖਹਿਰਾ ਤੇ ਸਖਤ ਐਕਸ਼ਨ ਲਿਆ ਜਾ ਸਕਦਾ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਪੱਤਰਕਾਰਾਂ ਅੱਗੇ ਵੱਡਾ ਖੁਲਾਸਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਸੁਖਪਾਲ ਖਹਿਰਾ ਨੂੰ ਇੱਕ ਵਾਰ ਫਿਰ ਤੋਂ ਨਸੀਹਤ ਦਿੱਤੀ ਹੈ। ਹਰਪਾਲ ਚੀਮਾ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਖੁਦ ਮੁਖਤਿਆਰ ਬਣ ਕੇ ਪਾਰਟੀ ਦੀ ਸਾਖ ਨਾ ਖਰਾਬ ਕਰਨ। ਪਾਰਟੀਆਂ ਖੁਦ ਮੁਖਤਿਆਰੀ ਦੇ ਨਾਲ ਨਹੀਂ ਚੱਲਦੀਆਂ, ਸਾਰੇ ਵਲੰਟੀਅਰਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ। ਹਰਪਾਲ ਚੀਮਾ ਦਾ ਕਹਿਣਾ ਹੈ ਕਿ ਸੰਗਰੂਰ ਵਿੱਚ ਬੀਤੇ ਦਿਨ ਹੋਈ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਮੀਟਿੰਗ ਦੇ ਦੌਰਾਨ ਜੋ ਕੁਝ ਵਾਪਰਿਆ ਉਹ ਬੇਹੱਦ ਗਲਤ ਹੈ ਅਤੇ ਉਹਨਾਂ ਨੇ ਇਸ ਬਾਰੇ ਹਾਈ ਕਮਾਂਡ ਨੂੰ ਵੀ ਲਿਖ ਕੇ ਭੇਜ ਦਿੱਤਾ। ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੇ ਵੱਲੋਂ ਖਹਿਰਾ ਦੇ ਖਿਲਾਫ ਕੋਈ ਸਖਤ ਫੈਸਲਾ ਲਿਆ ਜਾ ਸਕਦਾ ਹੈ। ਖਹਿਰਾ ਸਾਹਿਬ ਨੂੰ ਵਾਰ-ਵਾਰ ਪਾਰਟੀ ਵੱਲੋਂ, ਪਾਰਟੀ ਦੇ ਸੀਨੀਅਰ MLA ਸਾਹਿਬਾਨ ਵੱਲੋਂ, ਮੇਰੇ ਵੱਲੋਂ, ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬੇਨਤੀ ਕੀਤੀ ਗਈ ਹੈ ਵੀ ਤੁਸੀਂ ਇਸ ਤਰ੍ਹਾਂ ਦੀ ਕਾਰਵਾਈ ਨਾ ਕਰੋ, ਪਾਰਟੀ ਦੀ ਲਾਈਨ 'ਤੇ ਆ ਕੇ ਕੰਮ ਕਰੋ। ਪਰ ਅੱਜ ਵੀ ਅਸੀਂ ਖਹਿਰਾ ਸਾਹਿਬ ਨੂੰ ਬੇਨਤੀ ਕਰਦੇ, ਤੁਸੀਂ ਜਾ ਕੇ ਥੱਲੇ ਜਾ ਕੇ ਲੋਕਾਂ ਨੂੰ ਨਾ ਭੜਕਾਓ, ਪਲੰਟੀਆਂ ਨੂੰ ਨਾ ਲੜਵਾਓ, ਕਿਉਂਕਿ ਇਹਦੇ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਗਾ। ਜੇਕਰ ਉਹ ਅਜਿਹਾ ਕਰਨ ਨਾ ਹਟੇ ਤਾਂ ਪਾਰਟੀ ਨੂੰ ਤਾਂ ਜਲਦੀ ਹੀ ਕੋਈ ਐਕਸ਼ਨ ਲਊਗੀ। ਦੇਖੋ ਖਹਿਰਾ ਸਾਹਿਬ ਕੀ ਕਹਿੰਦੇ ਨੇ, ਪੰਜਾਬ ਵਿੱਚ ਖੁਦ ਮੁਖਤਿਆਰੀ ਦੀ ਗੱਲ ਕਰਦੇ ਨੇ ਵੀ ਖੁਦ ਮੁਖਤਿਆਰ। ਜਦੋਂ ਅੱਜ ਵਲੰਟੀਅਰ ਗਏ, ਉਹਨਾਂ ਤੋਂ ਸਵਾਲ ਜਵਾਬ ਕੀਤਾ, ਉਹਨਾਂ ਨੂੰ ਪੁੱਛਿਆ ਗਿਆ, ਫਿਰ ਉਹਦਾ ਖੁਦ ਮੁਖਤਿਆਰੀ, ਜਿਹੜੀ ਖੁਦ ਮੁਖਤਿਆਰੀ ਦਾ ਮਤਲਬ ਕੀ ਹੁੰਦਾ ਡੈਮੋਕ੍ਰੇਸੀ ਦਾ? ਹਰ ਬੰਦੇ ਨੂੰ ਬੋਲਣ ਦਾ ਹੱਕ ਆ। ਉੱਥੇ ਜੇਕਰ ਉਹਨਾਂ ਨੇ ਕਿਸੇ ਵਲੰਟੀਅਰ ਰੋਕਿਆ ਤਾਂ ਬਹੁਤ ਮਾੜੀ ਗੱਲ ਆ। ਖੁਦ ਮੁਖਤਿਆਰੀ ਸਾਰੇ ਲੋਕਾਂ ਨੂੰ ਮਿਲ ਕੇ ਗੱਲ ਹੋਣੀ ਚਾਹੀਦੀ ਹੈ। ਪਰ ਲੇਕਿਨ ਮੈਨੂੰ ਅੱਜ ਲੱਗਿਆ ਜੇਕਰ ਉਹਨਾਂ ਦਾ ਮਾਈਕ ਖੋਇਆਗਾ ਤਾਂ ਉਹ ਖੁਦ ਮੁਖਤਿਆਰ ਬਣਨਾ ਚਾਹੁੰਦੇ ਨੇਗੇ। ਪਾਰਟੀ ਦੇ ਜਿਹੜਾ ਹੈਗਾ ਮਾਮਲਾ ਵਿਚਾਰ ਅਧੀਨ ਹੈਗਾ, ਜਲਦੀ ਹੀ ਫੈਸਲਾ ਆਊਗਾ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਸਵਾਲ ਚੁੱਕੇ ਨੇ ਅਤੇ ਕਿਹਾ ਕਿ ਮੁੱਖ ਮੰਤਰੀ ਬਾਦਲਾਂ ਦੇ ਨਾਲ ਦੋਸਤੀ ਨਿਭਾ ਰਹੇ ਨੇ। ਹਰਪਾਲ ਚੀਮਾ ਵੱਲੋਂ ਇੱਕ ਮੀਟਿੰਗ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਕੱਸੇ ਗਏ। ਉਹਨਾਂ ਕਿਹਾ ਕਿ ਲਗਾਤਾਰ ਦਿਨ ਲੰਘਦੇ ਜਾ ਰਹੇ ਨੇ ਪਰ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਉਹ ਰਿਪੋਰਟ 'ਤੇ ਲਗਭਗ 8 ਘੰਟੇ ਬਹੁਤ ਲੰਬੀ ਚੌੜੀ ਜਿਹੜੀ ਹੈਗੀ ਡਿਸਕਸ਼ਨ ਹੋਈ ਸੀ, ਬਹਿਸ ਹੋਈ ਸੀ ਵਿਧਾਨ ਸਭਾ ਦੀ। ਔਰ ਬਹਿਸ ਦਾ ਮੇਨ ਮੁੱਦਾ ਜਿਹੜਾ ਬਣਿਆ ਸੀ ਵੀ ਕਿਤੇ CBI ਤੋਂ ਜਾਂਚ ਵਾਪਸ ਲਓ, ਦੂਸਰਾ ਮੇਨ ਮੁੱਦਾ ਬਣਿਆ ਸੀ ਵੀ ਇਮੀਡੀਏਟਲੀ ਯਾਨੀ ਤੁਰੰਤ ਜਿਹੜੀ ਹੈਗੀ ਆ ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇ, ਤੀਜਾ ਇਹ ਬਣਿਆ ਸੀਗਾ ਵੀ ਉਹਨਾਂ ਦੀਆਂ ਪ੍ਰੋਪਰਟੀਆਂ ਜ਼ਬਤ ਹੋਣ, ਉਹਨਾਂ ਦੇ ਪਾਸਪੋਰਟ ਜ਼ਬਤ ਹੋਣ। ਪਰ ਲੇਕਿਨ ਅੱਜ ਮੈਨੂੰ ਲੱਗਦਾ ਲਗਾਤਾਰ ਦਿਨ ਬੀਤਦੇ ਜਾ ਰਹੇ ਨੇ, ਟਾਈਮ ਬੀਤਦਾ ਜਾ ਰਿਹਾ, ਕੈਪਟਨ ਸਾਹਿਬ ਕੁਛ ਨਹੀਂ ਕਰ ਰਹੇ। ਮੈਂ ਆਪਣੀ ਡਰ ਜਿਹੜਾ ਬਿਆਨ ਕੀਤਾ ਸੀ ਵਿਧਾਨ ਸਭਾ ਦੇ ਅੰਦਰ, ਕਿਹਾ ਸੀਗਾ ਵੀ ਕੈਪਟਨ ਸਾਹਿਬ ਜਿਹੜੇ ਹੈਗੇ ਨੇ ਬਾਦਲ ਸਾਹਿਬ ਨਾਲ ਰਲੇ ਹੋਏ ਨੇ, ਜਿਵੇਂ 2002 ਦੇ ਵਿੱਚ ਕੇਸ ਹੋਏ ਸੀਗੇ, 2002 ਦੇ ਜਿਹੜੇ 3500 ਕਰੋੜ ਦਾ ਕੇਸ ਕਰਪਸ਼ਨ ਦਾ ਬਾਦਲ ਸਾਹਿਬ ਦੇ ਖਿਲਾਫ ਬਣਾਇਆ ਸੀ, ਉਹ ਫੇਲ ਹੋ ਗਿਆ। ਕਿਉਂ ਫੇਲ ਹੋ ਗਿਆ? ਕਿਉਂਕਿ 108 ਗਵਾਹ ਜਿਹੜੇ ਹੈਗੇ ਸੀ ਉਹ ਸਾਰੇ ਦੇ ਸਾਰੇ ਹੋਸਟਾਈਲ ਹੋ ਗਏ, ਇਨਕਲੂਡਿੰਗ ਸਰਕਾਰੀ ਗਵਾਹ। ਸਭ ਤੋਂ ਅਹਿਮ ਮਸਲਾ ਉਸ ਸਮੇਂ ਭਖਿਆ ਸੀ ਪੰਜਾਬ ਨੂੰ ਲੁੱਟ ਕੇ ਖਾ ਗਏ ਬਾਦਲ ਸਾਹਿਬ, ਬਾਦਲ ਪਰਿਵਾਰ। ਪਰ ਲੇਕਿਨ ਉਹ ਕੇਸ ਖਤਮ ਹੋ ਗਿਆ ਸੀ। ਮੇਰਾ ਕਹਿਣ ਦਾ ਭਾਵ ਉਹਨਾਂ ਦੋਸ਼ੀਆਂ ਦੇ ਬਜਾਏ ਜਿਹੜੇ ਗਵਾਹ ਸੀ ਉਹਨਾਂ 'ਤੇ ਕਾਰਵਾਈ ਵੀ ਹੋਈ ਸੀ, ਪਰ ਕੋਈ ਅਜੇ ਤੱਕ ਉਹ ਪੈਂਡਿੰਗ ਚੱਲੀ ਜਾ ਰਹੀ ਆ। ਮੇਰਾ ਕਹਿਣ ਦਾ ਭਾਵ ਆ ਕਿਤੇ ਕੈਪਟਨ ਸਾਹਿਬ ਇਹੀ ਕੰਮ ਨਾ ਹੋਵੇ ਕਿ ਕਿਤੇ ਫਿਰ ਤੁਸੀਂ ਆਪਣਾ ਉਹੀ ਪੁਰਾਣਾ ਯਾਰਾਨਾ ਬਾਦਲ ਸਾਹਿਬ ਨਾਲ ਨਾ ਨਿਭਾ ਦਿਓ, ਕਿਤੇ ਫਿਰ ਦੋਸ਼ੀਆਂ ਨੂੰ ਬਖਸ਼ ਨਾ ਦਿਓ, ਕਿਤੇ ਫਿਰ ਦੋਸ਼ੀਆਂ ਨੂੰ ਛੱਡ ਨਾ ਦਿਓ। ਇਸ ਤੋਂ ਇਲਾਵਾ ਉਹਨੇ ਕਿਹਾ ਕਿ 1984 ਮਾਮਲੇ 'ਚ ਵੀ ਕਾਂਗਰਸ ਅਤੇ ਅਕਾਲੀ ਦਲ ਦੋਨੋਂ ਬਰਾਬਰ ਦੇ ਜ਼ਿੰਮੇਵਾਰ ਨੇ, ਦੋਨਾਂ ਪਾਰਟੀਆਂ ਨੇ ਸੂਬੇ ਦੇ ਲੋਕਾਂ ਨੂੰ ਧੋਖਾ ਦਿੱਤਾ। ਇਸ ਦੇ ਨਾਲ ਹੀ ਚੀਮਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਗਏ ਖਿਤਾਬ ਨੂੰ ਵੀ ਵਾਪਸ ਲੈਣ ਦੀ ਮੰਗ ਕੀਤੀ ਹੈ। ਕੈਪਟਨ ਸਾਹਿਬ ਨੇ ਕਿਹਾ ਵੀ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਸ਼ਾਮਲ ਸੀਗੀ 84 ਦੇ ਵਿੱਚ, ਜੋ ਵੀ ਕਤਲੋਗਾਰ ਦਿੱਲੀ ਦੇ ਵਿੱਚ ਹੋਇਆ ਸੀ ਉਹ 'ਚ ਸ਼ਾਮਲ ਸੀਗਾ। ਅਗਲੇ ਦਿਨ ਉਹਨਾਂ ਨੇ ਕਿਹਾ ਵੀ ਬਾਦਲ ਸਾਹਿਬ ਸ਼ਾਮਲ ਸੀਗੇ। ਸੋ ਮੇਰਾ ਕਹਿਣ ਦਾ ਭਾਵ ਕਾਂਗਰਸ ਅਤੇ ਅਕਾਲੀ ਦਲ ਬਰਾਬਰ ਦੇ ਦੋਸ਼ੀ ਨੇ ਦੋਨੋਂ। ਦੋਨਾਂ ਪਾਰਟੀਆਂ ਨੇ ਹੁਣ ਤੱਕ ਪੰਜਾਬ ਦੇ ਜਿੰਨੇ ਵੀ ਮੁੱਦੇ ਨੇ, ਪੰਜਾਬ ਦੇ ਤਮਾਮ ਜਿਹੜੇ ਲੋਕ ਰਹਿਣ ਵਾਲੇ ਨੇ, ਉਹਨਾਂ ਨਾਲ ਧੋਖਾ ਕੀਤਾ।
देखो एस जी पी सी ने जिहड़ा हैगा धार्मिक संस्था ने साडी ने खिताब जिहड़ा हैगा बादल साहब ने दिता सीगा, पर मैं भी समझदा कि वह खिताब वापस लेना चाहिए क्योंकि बरगाड़ी दे विच जिहड़ी घटना वापरी आ जो बहबल कलां विच बहुत वड्डा दुखदाई मतलब दो नौजवानों की मौत हो गई सीगी, वो सारिया घटनावां नूं देखदे हुए बादल साहब दोषी नेगे, ये खिताब वापस लेना चाहिए क्योंकि बादल साहब की गौरमेंट सी। बादल साहब रात को 2 बजे डी जी पी सैनी साहब ने गलबात कर रहे थे, इतों सिद्ध हुंदा वी एक बहुत वड्डी साजिश पंजाब ते पंजाबियों के खिलाफ रची गई सी। दसना बनता है कि बीते दिन पंजाब विधानसभा विच हुई जस्टिस रणजीत सिंह कमीशन की रिपोर्ट से बहस तो बाद मुख्यमंत्री वल्लों यह मामला CBI तो वापस लैके हुण पंजाब पुलिस के अधीन कर दिता सी, जिस तो बाद विरोधी धिर के नेता नूं शक हो रहा कि कैप्टन साहब कार्रवाई करन दी बजाय दोस्ती निभाउणगे। ते हरपाल चीमा वालों सुखपाल खैरा नूं दित्ती गई यह नसीहत एक बार फिर तो आम आदमी पार्टी के विच नवा कलेश छेड़ सकती है, क्योंकि चीमा ने सुखपाल खैरा की शिकायत दिल्ली हाई कमांड नूं कर दित्ती है। ब्यूरो रिपोर्ट D5 चैनल पंजाबी। श्रोमणी अकाली दल बादल ने एक बार फिर तो जस्टिस रणजीत सिंह कमीशन आधार बनाउंदिया कैप्टन सरकार नूं घेरन की कोशिश की है। इस दे नाल ही अकाली दल ने कैप्टन सरकार नूं एक नवी चुनौती देंदिया उन्हां ते लगे इल्जामां नूं सिद्ध करन दा ललकारा भी मारिया। पंजाब विधानसभा विच बादलों खिलाफ उठे इल्जामां दे हड़ नूं श्रोमणी अकाली दल दे सीनियर आगुआं ने डक्कण दी कोशिश की है। ये अकाली आगू जस्टिस रणजीत सिंह कमीशन रिपोर्ट का खंडन तो कर ही रहे ने, नाल ही प्रकाश सिंह बादल नूं पाक साफ दसदिया कांग्रेस सरकार दे सिर इल्जामां दी पंड भी रख रहे ने। जो कुछ असैम्बली विच बोलिया गया होया वो सारे का सारा सिद्धांत दे उल्ट सी, किसी भी उहदी जस्टिस रणजीत सिंह की रिपोर्ट से किते भी सरदार बादल नूं दोषी नहीं ठहरा गया, डराया गया, अकाली दल नूं कोई दोषी नहीं ठहरा गया। लेकिन उस दिन बजाय रणजीत सिंह रिपोर्ट डिस्कस करन दे उन्हां नूं सिवाए श्रोमणी अकाली दल और सरदार बादल नूं बदनाम करन तो होर मैं समझदा कुछ नहीं उस दिन लभिया सी जो सुनिया तुसीं सारयां ने सुनिया। लेकिन रणजीत सिंह की रिपोर्ट में कोई किसी सरदार बादल पर या श्रोमणी अकाली दल पर कोई ऐसा इल्जाम ही है नहीं जिसे बदनाम किया जा सके। और मैं हैरान हाँ कि वो कांग्रेस जिन्हें गुरु ग्रंथ साहब किन्नियां बीड़ा साड़ियाँ 642 बीड़ा साड़ियाँ श्री अकाल तख्त साहब ढह ढेरी कर दिता, हरिमंदर साहब गोलियां मारियां और कतलेआम दिल्ली में किया, बाकी देश के दे बाकी सूबे में किया, अज उन्हें श्रोमणी अकाली दल जिहड़ा उन्हां दिनां विच सारे फड़ के जेलों में किए बंद और इन्ने किन्ने किन्ने साल जेलों कटियां सी ते उन्हां नूं दोषी करार दिता ते उन्हां नूं तां एंटी पंथक करार दे दिता, लेकिन आप पंथक बन गए। उन्हां नूं ये पुछया जावे, पुछना चाहुंदा मैं, असीं सारे पुछना चाहुंदे हाँ कि वह दसन मैनु सानू कि उन्होंने कदे आपका पिछोकड़ देखे भी कितों कितने दे ने। अकाली आगू ढींडसा ने कांग्रेस के उस इल्जाम नू भी सिरे तो नकार दिता है जिस विच कहा गया सी कि बैबल कला गोलीकांड विच मारे गए सिख नौजवानों के परिवारों नू तत्काली अकाली भाजपा सरकार वालों कोई भी मदद नहीं दी गई। फिर उन्होंने कहा कि जी ना तो कोई अकाली लीडर गया उन्होंने घर ते ना उन्होंने कोई मुआवजा दिता। सरदार सुखबीर सिंह बादल प्रधान श्रोमणी अकाली दल गए भी सीगे, दोनों घरों में उन्होंने 10-10 लाख रुपए का मुआवजा भी दिता रिकॉर्ड से, एक्शन टेकन रिपोर्ट जी उन्होंने मूहरे पई सी कैप्टन साहब के उस लिखा कि 10-10 लाख रुपये दिता दोनों परिवारों को नौकरियां दित्तियां। तो उत्थे कुफर बोलिया गया कि कोई बंदा गया ही नहीं इन्हां अकाली दल का उत्थे, तो इस तरह के क्योंकि उन्होंने लाइव तो लोगों में परिवार उल्टा देना सी इस करके उन्हें किया है। अकाली लीडर ने सुप्रीम कोर्ट के मौजूदा जज को इस मामले की जांच करवाने की मांग की है। कोर्ट के पवा सिटिंग जज तो इंक्वायरी करा लें, नहीं सानू सीबीआई
सिटिंग जज तो सुप्रीम कोर्ट तो इनक्वायरी कराई जाए और ताकि सच सामने आ सके साडा अज भी उही स्टैंड है सुप्रीम कोर्ट का जज। इस तों इलावा श्रोमणी अकाली दल ने ऐलान भी किया कि वह जस्टिस रणजीत सिंह कमीशन की रिपोर्ट का पंजाबी अनुवाद करवाएंगे और उस नूं पिंड पिंड वंडणगे तां जो लोगों सच का पता लग सके। इन्ना ही नहीं अकाली दल ने कांग्रेस नूं डेरा मुखी नूं माफ़ी देने लई अकाली दल और राम रहीम विचाले हुई कथित मीटिंग नूं साबित करन दी चुनौती भी दित्ती है। ब्यूरो रिपोर्ट D5 चैनल पंजाबी। अज के बुलेटिन विच एना ही नवीं ते ताज़ियां अपडेट्स लई तुसी जुड़े रहो D5 चैनल पंजाबी दे नाल। मैनू दिओ इजाजत, धन्नवाद।